ਸਾਰਿਆਂ ਅਸਲਾਮ ਅਲੈਕੁਮ ਬਹੁਤ ਤਫਸੀਲ ਵਿੱਚ ਗੱਲਾਂ ਹੋ ਗਈਆਂ ਨੇ ਯੂਸਫਾਂ ਨੂੰ ਵੀ ਬਹੁਤ ਤਫਸੀਲ ਵਿੱਚ ਮੈਂ ਕਮੀ ਗੱਲ ਨਾ ਕਰਨ ਲੱਗਾ ਬਜ਼ੁਰਗੋ ਔਰ ਦੋਸਤੋ ਅੱਲਾਹ ਦੇ ਫਜ਼ਲ ਨਾਲ ਤਰੱਕੀਆਤੀ ਕੰਮਾਂ ਦੀ ਜਿੱਥੇ ਤੱਕ ਗੱਲ ਹੈ ਮੈਂ ਕੋਈ ਸੁਭਾਅ ਵਗੈਰਾ ਕਰਨੇ ਦਾ ਸ਼ੌਕ ਨਹੀਂ ਮੈਂ ਬਹੁ ਘੱਟ ਕਰਨਾ ਮੇਰੀ ਕੋਸ਼ਿਸ਼ ਹੁੰਦੀ ਹੈ ਜਿਹੜੇ ਅਸਲ ਦੇ ਜਨਮੇ ਦੇ ਅਸਲ ਦੇ ਗਰੁੱਪ ਦੇ ਜਿਹੜੇ ਲੋਕ ਨੇ ਉਹ ਆਪ ਹੀ ਦੁਆ ਕਰਕੇ ਦੇ ਬਿਸਮਿਲਾ ਕਰੂੰ ਕਿਉਂਕਿ ਉਹਨਾਂ ਦੀ ਦੇਖਭਾਲ ਕਰਨੀ ਹੁੰਦੀ ਹੈ ਔਰ ਫਿਰ ਤਫਸੀਲ ਹੈ ਜੁਲਾ ਤੇ ਉਹ ਲੰਬੀ ਤਫਸੀਲ ਹੈ ਲੇਕਿਨ ਜੋ ਆਪ ਤੁਸਾਂ ਲੋਕਾਂ ਆਪ ਚਾਹ ਦਿੱਤਾ ਅੱਜ ਇਸ ਵਿਲੇਜ ਕੌਂਸਲ ਵਿੱਚ ਅੱਲਾਹ ਦੇ ਫਜ਼ਲ ਨਾਲ ਮੈਂ ਕੋਈ ਇਹ ਜਿਹੀ ਡਿਮਾਂਡ ਪਤਾ ਨਹੀਂ ਜਿਹੜੀ ਮੇਰੇ ਕੋਲ ਆਈ ਹੋਵੇ ਔਰ ਮੈਂ ਨਾ ਕੀਤੀ ਜਾਇਜ਼ ਤੇ ਛੋੜੋ ਮੈਂ ਨਜਾਇਜ਼ ਵੀ ਇਹ ਯਾਦ ਨਹੀਂ ਛੀ ਅਸ ਮੈਂ ਕਿਸੇ ਚੀਜ਼ਾਂ ਨਾ ਕੀਤੀ ਹੋਵੇ ਅੱਲਾਹ ਦੇ ਫਜ਼ਲ ਨਾਲ ਤੇ ਡਾਇਲੋਗ ਫਿਲਮੀ ਡਾਇਲੋਗ ਸ਼ੈਲੋਗ ਮੈਂ ਨਾ ਬੋਲਦੇ ਅੰਦਰ ਨਾ ਸ਼ੇਰ ਓ ਸ਼ਾਇਰੀ ਕਰਦੇ ਹਾਂ ਇਲੈਕਸ਼ਨ ਪਿਛਲਾ ਵੀ ਕਦ ਕਰਦੀ ਤੇ ਲੜਿਆ ਆ ਇਲੈਕਸ਼ਨ ਇਹ ਵੀ ਕਦ ਕਰਦੀ ਤੇ ਲੜ ਸੀ ਤੇ ਮਾਂ ਪਤਾ ਹੈ ਕਿਸੇ ਹੋਰ ਨੂੰ ਪਤਾ ਇਹ ਸਾਢੇ ਚਾਰ ਸਾਲ ਆ ਤੋਂ ਨਾ ਮੈਂ ਸਾਢੇ ਚਾਰ ਨਾ ਮੈਂ ਸਰ ਢਾਈ ਸਾਲ ਆ ਇਸ ਜੋ ਸਾਲ ਮੈਂ ਕਰੋਨਾ ਦਾ ਕੱਢਣਾ ਔਰ ਸਾਲ ਇਹ ਪਿਛਲਾ ਜਿਹੜੇ 9-10 ਮਹੀਨੇ 11 ਮਹੀਨੇ ਹੋ ਗਏ ਨੇ ਇੱਕ ਰੁਪਇਆ ਨਹੀਂ ਦਿੱਤਾ ਮੈਂ ਇਹ ਮੈਂ ਕੱਢਣਾ ਸੀ ਇਹ 2.5 ਸਾਲ ਦੀ ਕਦ ਕਰਦੀ ਹੈ ਬਜ਼ੁਰਗੋ ਔਰ ਦੋਸਤੋ ਜੋ ਕੁਝ ਹੋਇਆ 2.5 ਸਾਲ ਵਿੱਚ ਔਰ ਅੱਲਾਹ ਦੇ ਫਜ਼ਲ ਨਾਲ ਬੜੇ ਫਖਰ ਨਾਲ ਆਖਸਾਂ ਮੈਂ ਅਗਲੇ 5 ਸਾਲ ਦਾ ਇੰਤਜ਼ਾਮ ਕਰਕੇ ਆਇਆ ਨਾ ਪਿਸ਼ੌਰੋਂ ਕੋਸ਼ਿਸ਼ਾਂ ਪਤਾ ਹੋ ਸੀ ਇਹ ਜਿਹੜੇ ਮਨਸੂਬੇ ਅਸੀਂ ਪਾ ਕੇ ਆਏ ਹਾਂ ਕਿ ਅਗਲੇ 5 ਸਾਲ ਇਨਸ਼ਾਅੱਲਾ ਤਾਲਾ ਅਸੀਂ ਅੱਲਾਹ ਦੇ ਹੁਕਮੇ ਨਾਲ ਪੈਗਾਮ ਹੋ ਸਾਂ ਖੁਦਾ ਨੇ ਮੌਕਾ ਦਿੱਤਾ ਤੇ ਤੁਸਾਂ ਮੌਕਾ ਦਿੱਤਾ ਤੇ ਮੇਰਾ ਕੰਮ ਹੋ ਸਾਂ ਇੰਪਲੀਮੈਂਟ ਕਰਾਉਣਾ ਪਿਛਲੀ ਦਫ਼ਾ ਵੀ ਵਾਅਦਾ ਇਹ ਕੀਤਾ ਆ ਕਿ ਵੱਡੇ ਮਨਸੂਬੇ ਜਿਹੜੇ ਮੈਂ ਸ਼ੁਰੂ ਕੀਤੇ ਨੇ ਮੁਕੰਮਲ ਕਰਾਉਣੇ ਅਸੀਂ ਮੈਂ ਟਾਈਮ ਦਿੱਤਾ ਜਿਹੜਾ ਅੱਜ ਅੱਲਾਹ ਦੇ ਫਜ਼ਲ ਨਾਲ ਉਸ ਵਿੱਚ ਅਸੀਂ ਸੁਰਖਰੂ ਆਏ ਅੱਜ ਹਰੀਪੁਰ ਬਾਈਪਾਸ 5.5 ਅਰਬ ਰੁਪਏ ਸਾਢੇ 5 ਅਰਬ ਮੋਏ ਨਾਲ ਆਖਰੀ ਸੁਖਾਲੇ ਨੇ ਮਨਸੂਬਾ ਅਚਰਾ ਵੀ 1 ਅਰਬ ਉਸਨੇ ਲੱਗਣਾ ਰਹਿੰਦਾ ਹੈ ਲੇਕਿਨ ਟ੍ਰੈਫਿਕ ਚੱਲ ਮੰਗਾਲ ਯੂਨੀਵਰਸਿਟੀ ਫੋਕੇਸ਼ੁਲੀ ਯੂਨੀਵਰਸਿਟੀ ਚੱਲ ਗਈ ਅਚਰਾ ਵੀ ਉਸਦੇ 5-6 ਅਰਬ ਰੁਪਇਆ ਲੱਗਣਾ ਹੋਰ ਔਰ ਉਸੀ ਦੇ ਨਾਲ ਨਾਲ ਉਸ ਮੈਡੀਕਲ ਕਾਲਜ ਦੀਆਂ ਕਲਾਸਾਂ ਇਨਸ਼ਾਅੱਲਾ ਤਾਲਾ ਅੱਲਾਹ ਦੇ ਹੁਕਮ ਨਾਲ ਲੱਗਦੇ 2-3 ਮਹੀਨੇ ਸ਼ੁਰੂ ਹੋ ਗਏ ਡੈਂਟਲ ਕਾਲਜ ਨਰਸਿੰਗ ਕਾਲਜ ਮੈਡੀਕਲ ਕਾਲਜ ਫਾਰਮੇਸੀ ਤੋਂ ਉਹਨਾਂ ਦਾ ਲਾਇਸੈਂਸ ਉਹਨਾਂ ਮਿਲ ਗਿਆ ਫਾਰਮਾਸਿਸਟ ਦੇ ਕੋਰਸਿਸ ਉਹ ਵੀ ਉੱਥੇ ਸ਼ੁਰੂ ਹੋ ਗਏ ਔਰ ਉਸੀ ਦੇ ਨਾਲ ਨਾਲ ਇਨਸ਼ਾਅੱਲਾ ਦਾ ਜਿਹੜਾ ਪ੍ਰੋਗਰਾਮ ਹੈ ਉਸੀ ਯੂਨੀਵਰਸਿਟੀ ਦੇ ਅੰਦਰ ਇਨਸ਼ਾਅੱਲਾ 500 ਬੈੱਡ ਦਾ ਹਸਪਤਾਲ ਵੀ ਇਨਸ਼ਾਅੱਲਾ ਬਣਾਇਆ ਜਾ ਸੀ ਇਹ ਯੂਨੀਵਰਸਿਟੀ ਆਮ ਅਯੂਬ ਮੈਡੀਕਲ ਕਾਲਜ ਤੇ ਖੈਬਰ ਮੈਡੀਕਲ ਕਾਲਜ ਉਹ ਨਹੀਂ ਹੋਣ ਲੱਗੇ ਇਹ ਆਗਾ ਖਾਨ ਮੈਡੀਕਲ ਕਾਲਜ ਨਾਲ ਸਿਰਫ ਫੀਸ ਕੇ ਸੁਣਨੇ ਲੇਕਿਨ ਇਸ ਦਾ ਸਟੈਂਡਰਡ ਬਹੁਤ ਹਾਈ ਹੈ ਜਿਸ ਤਰ੍ਹਾਂ ਇਸ ਯੂਨੀਵਰਸਿਟੀ ਇਸ ਡਿਗਰੀ ਸਵਾ ਜਰਮਨੀ ਦੀ ਵੀ ਮਿਲਦੀ ਹੈ ਔਰ ਫਖਰ ਦੀ ਗੱਲ ਇਹ ਕਿ 54% ਬੱਚੇ ਇਸ ਯੂਨੀਵਰਸਿਟੀ ਦੇ ਮੈਰਿਟ ਉੱਤੇ ਹਰੀਪੁਰ ਦੇ ਨੇ ਮੈਰਿਟ ਤੇ ਪੂਰੇ ਪਾਕਿਸਤਾਨ ਦੇ ਮੈਰਿਟ ਉੱਤੇ ਇਹ ਫਖਰ ਦੀ ਗੱਲ ਉਹ ਆਤਨ ਨਾ ਘਰ ਦੀ ਮੁਰਗੀ ਦਾਲ ਬਰਾਬਰ ਤੇ ਮੇਰੀ ਕਰ ਕਰਨ ਦੀ ਪੁੱਛ ਨਹੀਂ ਹੋਵੇ ਤੇ ਕੋਈ ਬਾਹਰੋਂ ਜਿਹੜਾ ਸੋਨਾ ਮਹਿਮਾਨ ਆਵੇ ਨਾ ਜਿਹੜਾ ਹਰੀਪੁਰ ਦਾ ਨਾ ਹੋਵੇ ਉਹ ਜਿਸ ਵੇਲੇ ਆਵੇ ਤਾਂ ਸਾ ਜ਼ਰਾ ਪੁੱਛੋ ਇਹਦਾ ਤੁਹਾਨੂੰ ਹਰੀਪੁਰ ਕਿਹੋ ਜਿਹਾ ਸ਼ਹਿਰ ਲੱਗਦਾ ਉਹ ਤੁਸੀਂ ਅਗਰ ਆਪਣੇ ਸ਼ਹਿਰ ਦੀ ਰਾਮ ਕਹਾਣੀ ਸਾਲ ਸੀ ਦਿਨਾਂ ਚ ਸਾਲ ਸੀ ਹਰੀਪੁਰ ਤੇ ਬਜ਼ੁਰਗੋ ਦੋਸਤੋ ਦਿਨ ਰਾਤ ਦੀ ਮਿਹਨਤ ਹੋਈ ਅੱਲਾਹ ਦੇ ਫਜ਼ਲ ਨਾਲ ਔਰ ਅੱਲਾਹ ਤਾਲਾ ਦੀ ਬਹੁਤ ਵੱਡੀ ਕਰਮ ਨਵਾਜ਼ੀ ਵੀ ਹੋਈ ਹੈ ਔਰ ਤੁਸਾਂ ਲੋਕਾਂ ਦਾ ਸਾਥ ਹੈ ਦੇਖੋ ਨਾ ਪਿੱਛੇ ਕਿਲਾ ਮਜ਼ਬੂਤ ਹੋਵੇ ਨਾ ਇਹ ਉੱਥੇ ਮਾਂ ਤੇ ਨਹੀਂ ਬੋਲਦੇ ਅਕਬਰ ਯੂਬ ਦੇ 126 ਹੋਰ ਬੈਠੇ ਨੇ MPA ਉਹ ਦੇਖਦੇ ਨੇ ਜਿਹੜਾ 67,000 ਵੋਟ ਕਿਨ ਕੇ ਆਇਆ ਹੈ ਔਰ ਹਰੀਪੁਰ ਦੇ ਲੋਕਾਂ ਨੇ ਇਸ ਤਰ੍ਹਾਂ 22,000 ਵੋਟ ਦੀ ਲੀਡ ਦਿੱਤੀ ਹੈ ਜਿਹਦੀ ਤਾਕਤ ਤੁਸਾਂ ਦਿੱਤੀ ਹੈ ਉਸਦਾ ਮੈਂ ਭਰਪੂਰ ਇਸਤੇਮਾਲ ਕੀਤਾ ਹੈ ਉੱਥੇ ਔਰ ਆਪਣਾ ਹੱਕ ਕਿਨ ਕੇ ਆਏ ਪਰ ਇਹ ਹੱਕ ਬਣਦਾ ਹੈ ਅਸਾਂ ਦਾ ਕਿਉਂਕਿ ਹਰੀਪੁਰ ਉਸ ਜ਼ਿਲ੍ਹਾ ਜਿਹੜਾ ਸਭ ਤੋਂ ਜ਼ਿਆਦਾ ਇਸ ਵੇਲੇ ਸੂਬਾਈ ਖਜ਼ਾਨੇ ਚ ਰੈਵਨਿਊ ਪੈ ਦਿੰਦਾ ਹੈ ਇਹ ਹੱਕ ਹੈ ਅਸਾਂ ਦਾ ਜਿਹੜਾ ਪਹਿਲੇ ਕੋਈ ਨਹੀਂ ਆਉਣ ਲੱਗਿਆ ਬਜ਼ੁਰਗੋ ਦੋਸਤੋ ਇਹ ਅਰਬ ਪਹਿਲੇ ਵੀ ਕੁਛ ਔਰ ਹੀ ਹੈ ਦੂਈ ਬਜ਼ੁਰਗੋ ਦੋਸਤੋ ਹਾਜੀ ਸਾਹਿਬ ਨੇ ਆਖਿਆ ਕਿ ਅਸੈਂਬਲੀਆਂ ਸ਼ਾਇਦ ਵਾਪਸ ਹੋ ਜਾਣ ਅਸੀਂ ਅਸੈਂਬਲੀਆਂ ਵਾਪਸ ਨਾ ਚਾਹੁੰਦੇ ਅਸੀਂ ਇਲੈਕਸ਼ਨ ਚਾਹੁੰਦੇ ਹਾਂ ਇਸ ਯੂਫਾ ਨੇ ਗੱਲ ਕੀਤੀ ਹੈ ਤੇ ਜਿੱਤੀਆਂ ਕੁਰਬਾਨੀਆਂ ਦਿੱਤੀਆਂ ਗਈਆਂ ਨੇ ਪਾਕਿਸਤਾਨ ਵਾਸਤੇ ਦਿੱਤੀਆਂ ਗਈਆਂ ਨੇ ਕੋਈ 100 ਕੁੰਟਾਂ ਆਪਣੀਆਂ ਨਹੀਂ ਪਾਉਂਦਾ
मुख्तसर। देखो इमरान खान पाकिस्तान तहरीक इंसाफ का चेयरमैन है, लीडर है, लेकिन वो इस पीटीआई नहीं हो, जो कोई इस मुल्क के ना लॉ में है जो है किसी को छुपेगा नहीं। किस तरह केस माफ हो या रसवाल रुपए के केस माफ हो, किस चीजा से सब कुछ किया गया है, कि स्टेटस को पुराना पाकिस्तान और नवे पाकिस्तान की लड़ाई है। चोरियां चकालियां बंद हो गई, तकलीफ हो गई, साजिश बन गई, हुकूमत हटाई गई। और ये बुजुर्गों और दोस्तों, जहां तक पाकिस्तान में आम इंतखाबात नहीं होंगे साफ और शिफाफ, सियासी इस्तेकाम आसी ते माशी इस्तेकाम आसी, सियासी इस्तेकाम नहीं आने लगा ते माशी इस्तेकाम आना ना मुमकिन है बुजुर्गों। सिंपल और सादी बात, और सिर्फ आपड़ा ना सोचो, आपड़ा गुआंढी, आपड़ा जरा सफेद पोश और गरीब आदमी उसका सोचो उसके के भी गुजर दिए। मैं देखे स्टेज से गला ही ना रखना, क्योंकि असि ने पब्लिक के छोड़ना है कि के पे आता है, जुलम पे आता है, अखी में सूरे का बाल है इस हुकूमता दे सोए जाती मफाद है कोई। देखो कोरोना भी आया है, दुनिया होते तले हुई है, एक ढाई साल यही आईएमएफ का प्रोग्राम पाकिस्तान तहरीके इंसाफ की हुकूमत ने भी चलाया है, जिस वे 115 डॉलर का बैरल लिया तो 150 रुपया पेट्रोल और डीजल का रेट लिया। मतलब तुसी और खुदाई वैर जिसने करना हो उसका तो मैं कुछ ना कर रखना, खुदाई वैर आया भी आ सकता है, इस बारी मेहरबानी करो, अगली बारी खुदाई वैर करके नहीं, इस बारी पाकिस्तान पर मेहरबानी करो, तो अपने आने और नस्लों पर मेहरबानी करो। और अगली भी जो हुकूमत आसी उस फुला की सेज नहीं है, ये अगले त्रै चार साल एक कंडिया की सेज ने, लेकिन बसात को देखो अपने लोगों की, उन्होंने बसात की है भी या नहीं। मां खौफ और डर जिस चीजा ने लड़ता है खुदा की कसम के आके साला ने कि जिस लड़े लोग आप खल गए, जिस तरह श्रीलंका है चौहे वाहिद इमरान खान ने जिस अच असी जेल बड़े तारीख भी देने पे असी व्हील जाम और शटर डाउन की हड़ताल ना देखते, असी देखते सिर्फ इस आस ना देते कि मुल्क का और नुकसान होता है, मुल्क और डूबता है बुजुर्गों और दोस्तों। आप जेल जुड़ने से प्यार है, लेकिन मुल्क बचाने से एक कुर्बानी भी देने से प्यार, इलेक्शन को अलावा कोई हल नहीं। और इंशाल्लाह यूसुफ खान ने आख्या बहुत जल्द इलेक्शन गई, इंशाल्लाह ऐलान हो सी, और सब पता है जिस तरह मैं और यूसुफ खान इलेक्शन लड़ने हैं, वो इलेक्शन भी किसी ने लड़ना नहीं आता। रिजल्ट आसी मैं सब ऐसा था, क्योंकि मैं जो मां पता है रहने तो कह के 170-175 किलोमीटर आखिरी ग्रां है जब्बा बीसी लालू गली तक, उथे तक मेरा हल्का ने, मां पता है मैं हर महल्ले एक हर कस्बे च के किया, मेरे अलावा किसी भी नहीं पता मैं के। उसने रिजल्ट आसी और रिजल्ट बोल सी फिर इंशाल्लाह। और जी मेरी मां पता है रिपोर्ट के लोग गयूर आवाम है, ये गैरतमंद आवाम है, ये बहुत चंगे लोग ने, असल रिपोर्ट के चंगे तरीन लोग ने, इन्हों अगर अच्छाई करो तो वापसी की कभी भी बुराई नहीं करते, हमेशा अच्छाई करते। और मैं तवक्को करना इंशाल्लाह ताला रिपोर्ट इस दफा बोल सी इंशाल्लाह आवाज आना, इंशाल्लाह बहुत बहुत मेहरबानी।